ਇਹ ਵਾਈਂਡਿੰਗ ਖਿਡੌਣਾ ਬੱਚਿਆਂ ਦੁਆਰਾ ਬਣਾਏ ਲੱਕੜ ਦੇ ਖਿਡੌਣਿਆਂ ਦੀ ਸੁਧਰੀ ਹੋਈ ਵਰਜਨ ਹੈ। ਇਹ ਲੱਕੜ ਦੀ ਫਿਰਕੀ ਵਾਂਗ ਰਬੜ ਬੈਂਡ ਨਾਲ ਬਣੀ ਹੈ। ਇਸ ਵਿੱਚ ਦੋ ਗਲੀਆਂ ਇੱਕ ਪਲਾਸਟਿਕ ਦੀ ਬੋਤਲ ਦੇ ਢੱਕਣ 'ਤੇ ਕਰੋ ਅਤੇ ਬੋਤਲ ਦੇ ਆਧਾਰ 'ਤੇ ਅਤੇ ਇੱਕ ਰਾਈਵਟ ਜੋੜੋ ਜੋ ਕਿ ਅਲਮੀਨੀਅਮ ਦੀ ਪੱਤੀ ਵਾਂਗ ਹੈ। ਇਸ ਨਾਲ ਫ੍ਰਿਕਸ਼ਨ ਘੱਟ ਜਾਏਗੀ। ਇੱਕ ਵੱਡੇ ਰਬੜ ਬੈਂਡ ਨੂੰ ਲੈ ਕੇ ਕੱਟ ਲਓ ਅਤੇ ਉਸ ਨੂੰ ਢੱਕਣ ਵਿੱਚ ਪਾ ਕੇ ਗੱਠ ਬੰਨ ਲਵੋ। ਉਸ ਨੂੰ ਆਧਾਰ ਵਾਲੀ ਮੋਰੀ ਦੇ ਵਿੱਚ ਭਰੋਵੋ ਅਤੇ ਇੱਕ ਹੋਰ ਅਲਮੀਨੀਅਮ ਦੀ ਪੱਤੀ ਲਗਾਓ। ਇਸ ਨਾਲ ਦੋਨਾਂ ਰਾਈਵਟਸ ਭਾਵ ਪੱਤੀਆਂ ਵਿੱਚ ਰਗੜ ਘੱਟ ਜਾਏਗੀ। ਇੱਕ ਲੰਬੀ ਪੈਨ ਦੀ ਰੀਫਿਲ ਲਓ ਅਤੇ ਉਸਨੂੰ ਕਈ ਵਾਰ ਲਪੇਟੋ। ਇਸ ਨਾਲ ਰਬੜ ਬੈਂਡ ਵਿੱਚ ਊਰਜਾ ਭਰ ਜਾਏਗੀ, ਜਿਸ ਨੂੰ ਜ਼ਮੀਨ 'ਤੇ ਰੱਖਣ ਨਾਲ ਬੋਤਲ ਅੱਗੇ ਵੱਲ ਨੂੰ ਤੇਜ਼ੀ ਨਾਲ ਜਾਏਗੀ।